वो चलाओ बाबा जी, वो दस दूध देंगे तो मैं क्या सानू नहीं काके पता। बैठो आ जाओ, बैठ जाओ। बुजुर्ग इथे बहना नहीं इदा ना करो जी, इदा ना करो बुजुर्गो। ओ कुर्सी कका पई है, कंदरों लै आओ कुर्सी लै। बैठो, बुजुर्ग नहीं लभदे है। अच्छा रौलिया वेले उम्र किन्नी सीगी? 25 साल। ਤੁਸੀਂ 95 ਸਾਲ ਦੇ ਆ ਹੁਣ? 95 85। ਅੱਛਾ ਅੱਛਾ, ਮਤਲਬ ਇਸ ਪਿੰਡ ਦੇ ਵਿੱਚ ਤੁਸੀਂ 95 ਸਾਲ ਕੱਟੇ ਆ ਪੱਟੀ 'ਚ? ਹਾਂਜੀ। ਠੀਕ ਆ ਜੀ, ਹੁਣ ਪੱਟੀ ਬਾਰੇ ਦੱਸੋ ਵੀ ਪੱਟੀ ਕਿੱਦਾਂ ਦਾ ਪਿੰਡ ਸੀਗਾ? ਪੱਟੀ ਮੁਸਲਮਾਨ ਅੱਧੇ ਮੁਸਲਮਾਨ ਸਨ। ਅੱਛਾ ਜੀ, ਅੱਧੇ ਸੀਗੇ ਬਾਕੀ ਬਰਾਦਰੀਆਂ? ਅੱਛਾ ਅੱਛਾ ਅੱਛਾ, ਜੀ ਜੀ ਜੀ। ਬਾਕੀ ਬਾਤੀਆਂ ਦੇ ਘਰ ਸੀ। ਅੱਛਾ ਜੀ, ਹਾਂ ਚਲੋ ਇੱਦਾਂ ਹੀ ਆ, ਵਾਧਾ ਆ, ਵਾਧਾ ਵਾਧਾ ਤਾਂ ਹੁੰਦਾ ਹੀ ਆ ਫਿਰ। ਅੱਛਾ 50 ਘਰ ਹੋ ਗਏ। ਇਹ ਪਿੰਡ ਦਾ ਰਕਬਾ ਬੜਾ ਹੈ ਨਾ ਜੀ? ਬਹੁਤ। ਹਾਂ ਵੱਡੇ ਪਿੰਡਾਂ 'ਚ ਆਉਂਦਾ ਹੈ ਵੀ, ਹੁਸ਼ਿਆਰਪੁਰ ਦੇ ਵੱਡੇ ਪਿੰਡਾਂ ਦੇ ਨਾਂ ਆਉਂਦਾ ਇਹਦਾ ਪੱਟੀ ਦਾ। ਹਾਂਜੀ, ਇਹ ਜ਼ਮੀਨ ਬਹੁਤ ਆ। ਬਜਰੌਰ ਸੀਣਾ ਬਿਹਾਲੇ ਨੂੰ ਵੀ ਲੱਗਦਾ। ਬਜ਼ੁਰਗ ਹੁਣ ਉਹ ਦੱਸੋ ਗੱਲ, ਕਿੱਦਾਂ ਦੇ ਲੋਕ ਰਹਿੰਦੇ ਸੀ ਇੱਥੇ? ਲੋਕ ਇੱਥੇ ਬਹੁਤ ਖੜੇ ਸੀ, ਹਾ ਬਹੁਣੇ ਜੀ ਜੀ। ਟਰੈਕਟਰ ਕੋਈ ਨਹੀਂ। ਅੱਛਾ, ਟਰੈਕਟਰ ਤਾਂ ਬਹੁਤ ਬਾਅਦ ਚ ਆਏ ਆ। ਹਲ ਬਹੁਣੇ ਗੁਜਰਾਂ ਦੇ ਵੀ ਘਰ ਸੀ ਕਹਿੰਦੇ? ਗੁਜਰਾਂ ਦੇ ਕੁਮਾਰਾਂ ਦੇ ਜੀ ਜੀ। ਕੁਛ ਕੋਹਲੂ ਵੀ ਹੋਣੇ ਆ ਪਿੰਡ 'ਚ? ਕੋਹਲੂ, ਹਾਂ ਕੋਹਲੂ ਵੀ ਸੀਗੇ। ਕਹਿੰਦੇ ਪੱਟੀ ਦੇ ਵਿੱਚ ਵੀ ਬਹੁਤ ਵੱਡਾ ਬਾਜ਼ਾਰ ਹੁੰਦਾ ਸੀ ਉਦੋਂ? ਬਾਜ਼ਾਰ ਸੀਗਾ, ਬਾਜ਼ਾਰ ਉੱਥੇ ਡਰਾਮੇ ਹੋਣੇ। ਅੱਛਾ ਅੱਛਾ ਅੱਛਾ, ਬਾਜ਼ਾਰ ਬਹੁਤ। ਚਲੋ ਰਜਪੂਤਾਂ ਨੇ ਨਾਂ ਦੱਸੋ ਤਾਂ, ਜਿਹੜੇ ਤਗੜੇ ਤਗੜੇ ਸੀ, ਜਿਹੜੇ ਤੁਸੀਂ ਜਾਣਦੇ ਸੀਗੇ? ਉਹਨਾਂ ਦਾ ਨਾਮ ਇੱਕ ਦਾ ਫਜ਼ਲ ਸਾ। ਅੱਛਾ ਜੀ, ਰਣਜੀਤ ਸਾ। ਹਾਂਜੀ, ਫਿਰ ਦੂਆ ਹਕੀਮ। ਹੋਰ ਜੀ, ਹੋਰ ਕਈ ਸੀ ਇੱਕ ਜ਼ਿਲ੍ਹੇਦਾਰ। ਹਾਂ ਜ਼ਿਲ੍ਹੇਦਾਰ ਵੀ ਕਹਿੰਦੇ ਸਭ ਤੋਂ ਤਗੜਾ ਤਾਂ ਉਹੀ ਸੀ ਜ਼ਿਲ੍ਹੇਦਾਰ। ਹਾਂ, ਕੀ ਨਾਂ ਸੀ ਉਹਦਾ? ਭੁੱਲ ਗਿਆ। ਅੱਛਾ ਅੱਛਾ, ਭੁੱਲ ਗਿਆ। ਠੀਕ ਠੀਕ। ਅਤੇ ਈਦ ਵਗੈਰਾ ਨੂੰ ਰੌਣਕ ਮੇਲਾ ਹੁੰਦਾ ਸੀ ਇੱਥੇ ਬਹੁਤ? ਬਹੁਤ। ਤਾਜ਼ੀਏ ਕੱਢਦੇ ਸੀ? ਤਾਜ਼ੀਏ? ਹਾਂਜੀ। ਉਹ ਦੱਸਿਓ ਮਾੜਾ ਜਿਹਾ ਕਿੱਦਾਂ ਕੱਢਦੇ ਸੀ ਉਹ? ਉਹ ਗੱਡੀਆਂ 'ਤੇ। ਅੱਛਾ, ਅਤੇ ਬਾਂਸਾਂ 'ਤੇ ਰੰਗ ਲੈਣੇ। ਅੱਛਾ ਜੀ, ਫਿਰ ਆ ਰਹੇ ਨੇ ਇੱਦਾਂ ਚੀਰ ਚੀਰ ਕੇ। ਅੱਛਾ ਜੀ, ਬੜਬੜੇ। ਕੋਈ ਮੇਲਾ ਵੀ ਲੱਗਦਾ ਸੀ ਇੱਥੇ? ਮੇਲਾ
ਮੇਲਾ ਤਾਂ ਦੁਸਹਿਰਾ ਗਰਾਉਂਡ ਦੁਸਹਿਰਾ ਲੱਗਦਾ ਪਹਿਲਾਂ ਤੋਂ ਹੀ ਪਹਿਲਾਂ ਮੁਸਲਮਾਨਾਂ ਦੇ ਵੇਲੇ ਵੀ ਹਾਂਜੀ ਅਤੇ ਉਹ ਦੁਸਹਿਰੇ 'ਚ ਹਿੱਸਾ ਲੈਂਦੇ ਸੀ ਮੁਸਲਮਾਨ ਬਹੁਤ ਹਿੱਸਾ ਲੈਂਦੇ ਛੱਡ ਕੇ ਉਹ ਅੱਧਾ ਉਹਨਾਂ ਦਾ ਰਹਿੰਦਾ ਹੋਰ ਦਾ ਅੱਛਾ ਉਹ ਵੀ ਮਨਾਉਂਦੇ ਸੀ ਦੁਸਹਿਰਾ ਹਾਂ ਅੱਛਾ ਇਹ ਤਾਂ ਬੜੀ ਵਧੀਆ ਗੱਲ ਦੱਸੀ ਤੁਸੀਂ ਠੀਕ 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 ਕੋਈ ਵਿਤਕਰਾ ਨਹੀਂ ਸੀਗਾ ਕੋਈ ਭੇਦਭਾਵ ਨਹੀਂ ਤੁਹਾਡੇ ਹਾਣ ਦੇ ਕਿਹੜੇ ਕਿਹੜੇ ਸੀਗੇ ਸਾਡੇ ਹਾਣ ਦੇ ਬਲੀ ਸਾ ਫਜ਼ਲ ਸਾ ਫਿਰ ਰਸਮਤ ਸਾ ਅੱਛਾ ਜੀ ਇੱਦਾਂ ਪੰਜ ਚਾਰ ਨੌ ਭੁੱਲ ਜਾਂਦਾ ਤੁਹਾਡਾ ਖਾਸ ਯਾਰ ਕਿਹੜਾ ਸੀ ਲੰਗੋਟੀਆ ਯਾਰ ਜਿਹਨੂੰ ਕਹਿੰਦੇ ਆ ਸਾਡਾ ਉਹ ਮੀਰਾ ਬਖਸ਼ ਮੀਰਾ ਬਖਸ਼ ਸੀ ਅੱਛਾ 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 ਕਿਹਦਾ ਮੁੰਡਾ ਸੀ ਉਹ ਮੀਰਾ ਬਖਸ਼ ਇਕੱਠੇ ਰਹਿੰਦੇ ਸੀ ਕੋਠੇ ਇੱਥੇ ਆ ਜਾਣਾ ਜ਼ਮੀਨ ਉਹਨਾਂ ਦੀ ਅੱਛਾ ਸਾਰੀ ਜ਼ਮੀਨ ਉਹਨਾਂ ਦੀ ਸੀ ਅੱਛਾ 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 ਤੁਸੀਂ ਪੜ੍ਹੇ ਵੀ ਸੀ ਕਿਸੇ ਸਕੂਲ 'ਚ ਉੱਦਾਂ ਪਿੰਡ 'ਚ ਸਕੂਲ ਸੀਗਾ ਹੈ ਨਾ ਜੀ ਹੋਰ ਦੋ ਪਹਿਲਾਂ ਪੁਰਾਣੀ ਠੀਕ 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 ਇੱਕ ਤਾਂ ਇੱਥੇ ਆ ਸਕੂਲ ਕੱਚੇ ਕੋਠੇ ਹੁੰਦੇ ਸੀ ਸਾਡੇ ਜਿਹੜੇ ਖਾਸ ਯਾਰ ਸੀ ਉਹਨਾਂ ਨੂੰ ਅੰਦਰ ਲੁਕੋ ਲਿਆ ਮੀਰਾ ਬਖਸ਼ ਨੂੰ ਵੀ ਹਾਂ ਮੀਰਾ ਬਖਸ਼ ਅੱਛਾ 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 ਉਹ ਗੁੱਲਰ ਦੇ ਕੋਲ ਉੱਥੇ ਬਾਬਾ ਸ਼ਾਹ ਮਾਨ ਸੀ ਹਾਂ ਉੱਥੇ ਕੀ ਨਾਂ ਉਹਦਾ ਥੋੜ੍ਹਾ ਜਿਹਾ ਉੱਚੀ ਬੋਲੋ ਮਾੜਾ ਜਿਹਾ ਉੱਚੀ ਫਜ਼ਲ ਅੱਛਾ ਫਜ਼ਲ ਹਾਂ ਉਹ ਆ ਕੇ ਹੁੱਕਾ ਪੀਣਾ ਧੂੰਆਂ ਉਹ ਨਹੀਂ ਬਲਣਾ ਅੱਛਾ ਆਪਣੇ ਵਾਲੇ ਨੂੰ ਹੋ ਕੇ ਫਿਰ ਦਿਨ ਚਲ ਗਿਆ ਸਿਲੰਪਰ ਵਾਲੀ ਬੰਦੇ ਦੇ ਗੰਦੇ ਕੰਮਾਂ ਨੂੰ ਰੱਬ ਨੇ ਧੋਤਾ ਹਨਾ ਜੀ ਹਾਂਜੀ ਇੱਧਰ ਚੋਰੀ ਚੱਲਦੀ ਸੀ ਕਿਕਰਾਂ ਦੀਆਂ ਉਹ ਚੋਰੀ ਦੇ ਵਿੱਚ ਵੀ ਤੁਹਾਨੂੰ ਮੀਰਾ ਬਖਸ਼ ਮਿਲ ਕੇ ਗਿਆ ਹਾਂਜੀ ਉੱਥੇ ਬਾਰਾਂ ਚਿੱਠੀਆਂ ਆਈਆਂ ਹਾਂਜੀ ਕੋਈ ਚਿੱਠੀ ਸਾਫ ਕੇ ਨਹੀਂ ਰੱਖੀ ਉਹ ਸੌ ਸੀ ਹੁਣ ਇੰਨੇ ਦਿੱਕਤ ਕੀ ਕਹਿੰਦਾ ਸੀ ਕਿੱਥੇ ਪਹੁੰਚੇ ਉਹ ਇਹ ਨਹੀਂ ਪਤਾ ਕਿੱਥੇ ਪੁੱਛਿਆ ਇੱਕ ਦੋ ਵਾਰੀ ਆਏ ਵੀ ਆ ਉਹ ਮੀਰਾ ਬਖਸ਼ ਵੀ ਹੋਰ ਤੁਹਾਨੂੰ ਮਿਲ ਗਏ ਉਹ ਆ ਕੇ ਹਾਂ ਮਿਲ ਗਏ ਕੀ ਦੱਸਦੇ ਸੀ ਦਿਲ ਲੱਗ ਗਿਆ ਪੱਟੀ ਪਿੰਡ ਨੂੰ ਛੱਡ ਕੇ ਕਿ ਨਹੀਂ ਉਹ ਦਿਲ ਲੱਗਣਾ ਹੀ ਆ ਜੀ ਕਹਿੰਦੇ ਕਿ ਜਦ ਅਸੀਂ ਹੁਣ ਸਾਡਾ ਰੱਬ ਨੇ ਉਧਰਲਾ ਵਸੇਪਾ ਦਾ ਅੱਲਾ ਦੀਆਂ ਲਿਖੀਆਂ ਨੂੰ ਮੋੜੇ ਕੌਣ ਕਹਿੰਦੇ ਹੋਣੇ ਆ ਸਹੀ ਗੱਲ ਆ ਪਰ ਪਿੰਡ ਛੱਡਣੇ ਹੁੰਦੇ ਔਖੇ ਬਜ਼ੁਰਗੋ ਬਹੁਤ ਘਰ ਛੱਡਣਾ ਬਹੁਤ ਔਖਾ ਜੀ ਜਮਾਲਦੀਨ ਮੈਂ ਅੱਜ ਹੀ ਮਿਲ ਕੇ ਆਇਆ ਢੋਲਣ ਵਾਲ ਦੇ ਬਜ਼ੁਰਗ ਨੂੰ ਬਹੁਤ ਚੌਧਵੀ ਬੰਦਾ ਸੀ ਜਿਹੜਾ ਉਹ ਇੱਥੇ ਸਕੂਲੇ ਪੜ੍ਹਾਉਂਦਾ ਹੁੰਦਾ
चलो वधिया वधिया ਲੈ ਹੁਣ ਬਾਕੀ ਦੇ ਮੁੰਡੇ ਨੇ ਸਾਰੇ ਨੂੰ ਵਧੀਆ ਗੱਲ ਹੈ ਚਲੋ ਵਧੀਆ ਤੇ ਬਜ਼ੁਰਗੋ ਉਸ ਵੇਲੇ ਦੀ ਕੋਈ ਗੱਲ ਸੁਣਾਓ ਹੋਰ ਸੱਜਣਾ ਦੇ ਸ਼ਕਲਾਂ ਚੇਤੇ ਆ ਕੇ ਭੁੱਲ ਗਈਆਂ ਨਾ ਸ਼ਕਲਾਂ ਤਾਂ ਹੈਗੀਆਂ ਪਰ ਹੁਣ ਭੁੱਲ ਜਾਂਦਾ ਹੁਣ ਸਾਡੇ ਸਾਡੀ ਵੀ ਬਸ ਵਾ ਸਹੀ ਗੱਲ ਹੈ ਚਲੋ ਐਵੇਂ ਕਿਸੇ ਮਸੀਤਾਂ ਕਿੰਨੀਆਂ ਸੀ ਪਿੰਡ 'ਚ ਮਸੀਤਾਂ 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 ਕਿੰਨੀਆਂ ਸੀ ਗੁਰਦੁਆਰੇ ਵਾਲੀ ਹੈ ਜੀ ਇੱਕ ਤਾਂ ਗੁਰਦੁਆਰੇ ਵਾਲੀ ਸੀਗੀ ਆਪਣੇ ਇੱਥੇ ਉਹ ਜਿੱਥੇ ਹੁਣ ਗੁਰਦੁਆਰਾ ਬਣਿਆ ਚਲੋ ਲੰਬੜ ਕਿੰਨੇ ਸੀ ਪਿੰਡ ਦੇ ਲੰਬੜ ਪੰਜ ਨਾਂ ਚੇਤੇ ਆ ਅੱਛਾ 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 ਠੀਕ ਚਲੋ ਨਹੀਂ ਜੀ ਚਲੋ ਬਜ਼ੁਰਗੋ ਇੱਦਾਂ ਕਰਦੇ ਹਾਂ ਕਿਤੇ ਫਿਰ ਵੀ ਮੈਂ ਗੇੜਾ ਮਾਰੂੰਗਾ ਅੱਛਾ ਤੁਸੀਂ ਹੁਣ ਆਰਾਮ ਕਰੋ ਚਲੋ ਤੁਸੀਂ ਮੈਨੂੰ ਆਇਆ ਦੁਪਹਿਰੇ ਦਿਨ ਦੇ ਗਰਮੀ ਦਾ ਮੌਸਮ ਆ ਠੀਕ ਹੈ ਜੀ ਤੁਸੀਂ ਬੜਾ ਵਧੀਆ ਗੱਲਾਂ ਦਾ ਜਵਾਬ ਦਿੱਤਾ ਫਿਰ ਮਿਲਾਂਗੇ ਆਪਾਂ ਠੀਕ ਹੈ ਜੀ ਠੀਕ ਚਲੋ ਚੰਗਾ ਜੀ ਮਿਹਰਬਾਨੀ ਜੀ ਮਿਹਰਬਾਨੀ ਪੱਟੀ ਪਿੰਡ ਕਿੱਦਾਂ ਦਾ ਸੀਗਾ ਜੀ ਕੌਣ ਵੱਸਦੇ ਸੀ ਇੱਥੇ ਇੱਥੇ ਪਹਿਲੇ ਮੁਸਲਮਾਨਾਂ ਦਾ ਸੀ ਅੱਛਾ 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 ਜੀ ਮੁਸਲਮਾਨ ਬਹੁਤ ਸੀ ਸਾਡੇ ਹਿੰਦੂ ਥੋੜੇ ਸੀ ਅੱਛਾ 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 ਕੀ ਨਾਂ ਸੀਗੇ ਉਹਨਾਂ ਦੇ ਮੁਸਲਮਾਨਾਂ ਦੇ ਹੈ ਨਾਮ ਚੇਤੇ ਆ ਕੁਛ ਜ਼ਿਲ੍ਹੇਦਾਰ ਅੱਛਾ ਜ਼ਿਲ੍ਹੇਦਾਰ ਹੈ ਠੀਕ ਆਪਣਾ ਤਿਤਲੀ ਦਿਆਦੇ ਠੀਕ ਵਜ਼ੀਰ ਅੱਛਾ ਹੈ ਜੀ ਇਹ ਰਹਿਬੇ ਸ਼ਾਹ ਠੀਕ ਹੈ ਜੀ ਹੈ ਤਾਂ ਕਹੀ ਇਹੋ ਯਾਦ ਨਹੀਂ ਆਉਂਦੇ ਅੱਛਾ 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 ਸਭ ਤੋਂ ਹੈ ਜੀ ਇਹ ਪਟਵਾਰੀ ਦਿਆਜ ਅੱਛਾ 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 ਇਹ ਆਪਣੇ ਲਾਲਾ ਇੱਥੇ ਹਕੀਮ ਆਵਾਦ ਹਕੀਮ ਨਾਲ ਸੀ ਸਾਡੇ ਅੱਛਾ ਅੱਛਾ ਹਾਂਜੀ ਅਤੇ ਆਪਣਾ ਇਹ ਯੂਸਫ ਅੱਛਾ ਜੀ ਹਾਂਜੀ ਇਹ ਆਪਣੇ ਬਾਲਾ ਫਾਤਾ ਅੱਛਾ ਸਾਡੀ ਗਲੀ ਸੀ ਬਾਜ਼ਾਰ ਦੇ ਵਿੱਚ ਸੀ ਸਾਡਾ ਬਾਜ਼ਾਰ ਬਹੁਤ ਸੀਗਾ ਬੜਾ ਜਿੱਥੇ ਹੁਣ ਨਾ ਦੁਸਹਿਰਾ ਇੱਥੇ ਲੱਗਦਾ ਸੀ ਅਤੇ ਮੁਸਲਮਾਨ ਪੂਰਾ ਸਾਥ ਦਿੰਦੇ ਸੀ ਦੁਸਹਿਰੇ 'ਚ ਹਾਂਜੀ ਪੂਰਾ ਸਾਥ ਦਿੰਦੇ ਸੀ ਹਾਂਜੀ ਇੱਥੇ ਪਟਵਾਰੀ ਨੇ ਮੈਨੂੰ ਚੱਕ ਕੇ ਲੈ ਜਾਣਾ ਵਜ਼ੀਰ ਦੇ ਦੁਆਰੇ ਹਾਲ ਬਾਹਣਾ ਮੈਨੂੰ ਕਦੇ ਦੇ ਬਾਹਰ ਲੈਣਾ ਉਹ ਬੱਲੇ 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 ਹਾਂਜੀ ਅੱਛਾ ਇੱਥੇ ਇਕੱਠੇ ਪਿੰਡ ਪਿੰਡ ਹੁੰਦੇ ਸੀ ਕਦੇ ਦੇ ਬਾਹਰ ਲੈਣਾ ਉਹਨੇ ਕਹਿੰਦਾ ਲੈ ਹੁਣ ਤੂੰ ਉੱਤੇ ਲੈ ਬੈਰੀ ਪੈ ਉੱਤਰ ਅੱਛਾ ਬੈ ਤੇ ਆ ਜਾ ਅੱਛਾ ਹਾਂਜੀ ਇੰਨਾ ਪਿਆਰ ਸੀ ਹਾਂਜੀ ਬੜਾ ਪਿਆਰ ਉਹ ਬੱਲੇ ਪਿਆਰ ਦਾ ਗੱਲ ਹੀ ਸਾਡੀ ਹਾਂਜੀ ਹਾਂ ਇੱਥੇ ਸਾਡੇ ਪਿੰਡ ਦੇ ਸਿਰਫ ਦੋ ਵਾਰੀ ਮਰੇ ਇੱਕ ਇਹ ਥਾਣੇਦਾਰ ਥਾਣੇਦਾਰ ਮਰ ਗਿਆ ਸੀ ਹਾਂ ਉਹ ਇੱਦਾਂ ਸੀ ਉਹਨੇ ਪੈਸੇ ਦੇ ਹੜਿਆ ਕਹਿੰਦਾ 900 ਰੁਪਈਏ ਲੈ ਲਓ ਮੈਨੂੰ ਉਹ ਸਾਰੇ 900 ਵੀ ਲੈ ਲਿਆ ਬਾਰੀ ਕਿਰਪਾਲ ਓਹੋ ਅੱਛਾ ਇੱਕ ਸੀ ਹੱਸੀ ਦੀ ਲੜ ਕੁੜੀ ਅੱਛਾ ਇਹ ਸਾਡੇ ਪਿੰਡ ਦਾ ਜਵਾਈ ਸੀ ਇਹਦੇ ਚਰਾਦ ਦੇ ਵਿੱਚ ਉਹਦੇ ਬਾਰੀ ਰੱਖ ਕੇ ਕਿਰਪਾਲ ਸਾਡੇ ਭਾਪੇ ਹੋਣੀ ਬੜਾ ਜ਼ੋਰ ਲਾਇਆ ਇਹ ਥੜਿਆ ਦੇਖੀ ਦੇਖੀ ਸਾਰੇ ਜ਼ਿਆਦਾ ਕਿਰਪਾਲ ਮਾਰੀ ਕੁੜੀ ਦੇ ਆਹ ਕੁੜੀ ਦੇ ਕੁੜੀ ਦੀ ਇੱਕ ਬਾਹ ਵੱਢ ਹੋ ਗਈ ਅਤੇ ਨਾਲ ਲਿਆਣਾ ਸੀ ਇਹ ਸਾਡੇ ਪਿੰਡ ਦਾ ਜਵਾਈ ਸੀ ਜਿਹਨੇ ਮਾਰੀ ਹਾਂਜੀ ਇਹ ਦਿਖਾਉਂਦੇ ਆ ਹਾਂਜੀ ਜਿਸਲੇ ਹੱਲਾ ਹੋਇਆ ਨਾ ਮੈਂ ਇੱਥੇ ਸੀਗਾ ਅੱਛਾ ਜੀ ਇੱਥੇ ਆਹ ਆਹ ਜਿਹੜੀ ਨਾ ਰਾਹ ਆ ਇਹ ਸਾਡੀ ਘਰ ਦੀ ਜ਼ਮੀਨ ਅੱਛਾ ਅੱਛਾ ਹਾਂਜੀ
ਤੇ ਇੱਥੇ ਮੈਨੂੰ ਅੱਜ ਕੱਲ੍ਹ ਸ਼ੈਲੀਆ ਭੁੰਨਦੇ ਸੀਗੇ। ਜਿਹੜੇ ਸ਼ੈਲੀਆ ਭੁੰਨਦੇ ਸੀ ਤਾਂ ਮੈਨੂੰ ਚਾਦਰ ਵਿਛਾ ਕੇ ਉਹ ਤੀਖੇ 'ਚ ਪਾ ਕੇ ਨਾ ਬੰਦੀ ਮੈਂ ਖਾਂਦਾ, ਅਤੇ ਪਾਪਾ ਸਾਡਾ ਕਹਿੰਦਾ ਯਾਰ ਧੂਆਂ ਆਉਂਦਾ ਬਹੁਤ। ਅੱਛਾ, ਇਹ ਕਹਿੰਦੇ ਕਿ ਉਹ ਛੱਲੀਆ ਭੁੱਦਾ ਹੋਣਾ ਸਾਢੇ ਤਿੰਨ ਦਾ ਟਾਈਮ ਸੀ। ਅੱਛਾ ਹੈ ਜੀ, ਅਤੇ ਜਿਹੜਾ ਪਿੱਛੋਂ ਦੇਖਿਆ ਤਾਂ ਹੱਲਾ ਜਥਾ ਆਇਆ, ਉਹ ਪਹਿਲੇ ਅੱਗ ਉੱਥੇ ਲਾਈ ਗੁੱਜਰਾਂ ਦੇ, ਗੁੱਜਰ ਸੀਗੇ ਇਸ ਪਿੰਡ 'ਚ ਜਿੱਥੇ ਆ ਰਹਿੰਦੇ ਹੁਣ ਮਲਕੀਤ ਹੋ ਰਹੀ, ਗੁੱਜਰ ਸੀਗੇ ਇਸ ਪਿੰਡ 'ਚ। ਹਾਂਜੀ, ਅੱਛਾ ਉਹ ਬੋਲੇ ਸੀ ਇਹ ਘੋੜੀ ਵਾਲਾ, ਉਹ ਕਹਿੰਦਾ ਡੱਠ ਜਾਓ ਡੱਠ ਜਾਓ, ਸਾਡੇ ਪਿੰਡ ਤੋਂ ਸਾਰੇ ਕੋ ਆਟਾ ਕੋ ਰੋਟੀ ਪਕਾਉਂਦਾ ਇਹ ਚਿਰਾਹ 'ਚ ਵੜ ਗਏ ਇੱਥੇ, ਇਹ ਤੂੰ ਚਿਰਾਹ ਦੇ ਚਿਰਾਹ ਦੇ ਇਹ ਚੱਲ ਗਏ ਇਹ ਆਪਣੇ ਕੀ ਆਜਾ ਕੈਪ ਹੈਗਾ ਇਹ ਉਹ ਕਮਾਲਪੁਰ। ਆਹੋ ਨਹੀਂ ਆ ਜਾਂਦੇ ਆਟੇ ਸੀ ਇੱਥੇ ਕਾ ਕੈਪ ਜਹਾਰ ਖੇਲੀ, ਜਹਾਰ ਖੇਲੀ ਚੱਕ ਸਾਧੂ। ਹਾਂ ਚੱਕ ਸਾਧੂ ਇੱਥੇ ਇੱਥੇ ਫਿਰ ਕੈਪ ਲੱਗਾ ਸੀ। ਹਾਂਜੀ ਹਾਂਜੀ, ਫਿਰ ਕੈਪ 'ਚ ਪਹੁੰਚ ਗਏ। ਸੰਜੂ ਇੱਥੇ ਵੱਡਿਆ ਸਾਡੇ ਸਿੱਬੂ ਨੇ ਅੱਛਾ ਬੰਨੇ ਪਰ, ਉਹ ਕਹਿੰਦਾ ਵੀ ਤੂੰ ਸੰਜੂ ਵੀ ਜਾ ਇੱਧਰ, ਪਾਪਾ ਕਹਿੰਦਾ ਸਾੜਿਆ, ਕਹਿੰਦਾ ਮੇਰੇ ਬਹੀਆ ਗੁਆਚੀ ਹੈ, ਉਹ ਕਹਿੰਦਾ ਸਾੜਿਆ ਬਹੀਆ ਤੇ ਹੱਲਾ ਹੋਇਆ ਆ। ਸਸੋਲੀ ਦੇ ਵਿਹਾੜੇ ਦੇ ਸਸੋਲੀ ਦੇ ਇਹ ਮੋਹਰੇ ਕਿੱਕਰਾ ਸੀਗਾ, ਇੱਥੇ ਆ ਬੜੇ ਜਿਹੜੇ ਇੱਥੇ ਬੜੇ ਤਾਂ ਮੋਹਰੇ ਬਦਰਾ ਸੀ ਸਕੂਲ ਕੋ। ਹਾਂਜੀ, ਇਹ ਤਾਂ ਬਹੁਤ ਮਾਰੇ ਮੈਨੂੰ ਪਤਾ, ਮੈਂ ਜਾ ਆਇਆ ਬੰਦੇ ਪਰ ਪਤਾ ਪਿਆ ਬਹੁਤ ਬਹੁਤ ਹੀ ਉੱਥੇ ਦੇ ਬਜ਼ੁਰਗਾਂ ਨੂੰ ਮਿਲਿਆ ਆ ਮੈਂ। ਉਹ ਬਹੁਤ ਉੱਥੇ ਬਹੁਤ ਕਤਲੋਗਾਰਤ ਹੋਈ। ਹਾਂਜੀ, ਇਹਨਾਂ ਨੇ ਸਭ ਤੋਂ ਤਕੜਾ ਬੰਦਾ ਕੌਣ ਸੀਗਾ ਪੱਟੀ ਦਾ? ਅੱਛਾ, ਮੈਂ ਕਿਹਾ ਪੱਟੀ ਦਾ ਸਭ ਤੋਂ ਤਕੜਾ ਬੰਦਾ ਕਿਹੜਾ ਸੀਗਾ? ਅੱਛਾ, ਰਾਜਪੂਤ ਤਕੜਾ ਕਿਹੜਾ ਸੀ? ਰਾਜਪੂਤ ਹੈ ਨਹੀਂ ਸਾਡੇ ਪਿੰਡ, ਨਹੀਂ ਸੀਗੇ, ਨਹੀਂ ਜੱਟ ਵੀ ਹੋਰ ਆਏ ਆ। ਨਹੀਂ ਨਹੀਂ, ਪਹਿਲਾਂ ਪਹਿਲਾਂ ਨਹੀਂ ਕੋਈ ਰਾਜਪੂਤ ਵੀ, ਮੁਸਲਮਾਨ 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 ਰਾਜਪੂਤ ਸੀਗੇ। ਹਾਂ ਉਹ ਹੀ, ਸਾਡੇ ਪਿੰਡ ਕੋਈ ਰਾਜਪੂਤ ਸੀ? ਨਹੀਂ ਨਹੀਂ, ਮੁਸਲਮਾਨ ਰਾਜਪੂਤ ਕਿਹੜਾ ਤਕੜਾ ਬੰਦਾ ਸੀ ਇੱਥੇ? ਤਕੜਾ ਸੀਗਾ ਜ਼ਿਲ੍ਹੇਦਾਰ। ਜ਼ਿਲ੍ਹੇਦਾਰ? ਹਾਂ ਜ਼ਿਲ੍ਹੇਦਾਰ ਸੀਗਾ। ਵੱਡਾ ਘਰ ਉਹਦਾ ਸੀ? ਬਹੁਤ ਬੜਾ ਸੀ ਪਿੰਡ ਵੀ। ਅੱਛਾ ਅੱਛਾ, ਸਾਡੇ ਪਿੰਡ ਜ਼ਮੀਨ ਬਹੁਤ ਆ, ਬਹੁਤ ਜ਼ਮੀਨ ਆ। ਹਾਂਜੀ, ਲੋ ਲੰਬੜਦਾਰ ਇਸ ਪਿੰਡ ਦੇ। ਹਾਂਜੀ, ਅੱਛਾ ਉਦੋਂ ਕਿਹੜੇ ਕਿਹੜੇ ਲੰਬੜਦਾਰ ਸੀ ਪਤਾ ਕੁਛ ਚੇਤਾ? ਲੰਬੜਦਾਰਾਂ ਦੇ ਨਾਂ ਪਤਾ ਰਾਧਾ? ਹਾਂਜੀ, ਉਸ ਵੇਲੇ ਜਿਹੜੇ ਲੰਬੜਦਾਰ ਸੀਗੇ, ਲੰਬੜਦਾਰ ਸਾਡਾ ਚਾਚਾ ਵੀ ਰਿਹਾ, ਕੀ ਨਾਮ ਸੀ ਉਹਨਾਂ ਦਾ? ਆਪਣਾ ਫੀਰ ਦਾ ਚਾਚਾ? ਕੁਤਬਦੀਨ ਕਿਹੜੇ ਪਿੰਡ ਦੇ ਸੀ? ਸਸੋਲੀ ਦਾ। ਸਸੋਲੀ ਦੇ ਬਹੁਤ ਮਸ਼ਹੂਰ ਟੀਚਰ ਸੀਗੇ ਜੀ। ਅੱਛਾ ਅੱਛਾ ਅੱਛਾ, ਕਹਿੰਦੇ ਸਸੋਲੀ ਦੇ 30 ਟੀਚਰ ਸੀਗੇ, 30-35 ਸੀਗੇ ਮੈਂ ਸੁਣਿਆ ਬਜ਼ੁਰਗਾਂ ਤੋਂ, ਉੱਥੇ ਪਤਾ ਕਰਕੇ ਔਰ ਗੁੱਜਰ ਸੀਗੇ ਬਹੁਤੇ, ਗੁੱਜਰ ਯਾਦ ਭੁੱਲ ਜਾਂਦਾ ਹਾਂ, ਇਹ ਤਾਂ ਪਹਿਲੀ ਯਾਦ ਆਸ ਬਹੁਤ ਸੀ, ਹੁਣ ਖਰਾਬ ਹੋ ਗਈ। ਕੁਤਬਦੀਨ ਹੁਣੀ ਬਚ ਕੇ ਚੱਲ ਗਏ ਹੋਗੇ? ਚੱਲ ਗਏ ਸਭ, ਚੱਲ ਗਏ ਸਭ। ਅੱਛਾ ਅੱਛਾ, ਚੱਲ ਫਿਰ ਲੱਗਾ ਸਾਡਾ ਚਰਨਜੀਤ ਲਾਲ, ਉਹਦੇ ਤੱਕੇ ਤੇਰੇ ਬੋਲੇ, ਉਹ ਬੜਾ ਸਾ ਤੋਂ ਪੰਜ ਪੜਿਆ ਉਰਦੂ। ਅੱਛਾ ਅੱਛਾ, ਮੈਂ ਪਹਿਲੀ ਵੀ ਹੜੀ ਗਈ। ਠੀਕ ਠਾਕ ਨੇ ਉਹ ਵੀ ਉਰਦੂ ਚੱਲਦਾ ਸੀ?